ਸਬਜ਼ੀਆਂ ਦੇ ਨਾਲ ਭਰਿਆ ਇੱਕ ਕੈਂਟਰ ਸੜਕ ਦੇ ਵਿਚਾਲੇ ਪਲਟੀ ਹੋਇਆ, ਜਿਸ ਦੇ ਕਾਰਨ ਸਾਰੀ ਹੀ ਸਬਜ਼ੀ ਸੜਕ ਦੇ ਉੱਤੇ ਖਿਲਰ ਗਈ ਹੈ। ਤਾਂ ਦੱਸ ਦਈਏ ਕਿ ਮੌਕੇ ਦੇ ਉੱਤੇ SF ਦੀ ਟੀਮ ਪਹੁੰਚੀ, ਜਿਸ ਨੇ ਰੋਡ ਨੂੰ ਬਲੌਕ ਕੀਤਾ ਅਤੇ ਸਾਰੀ ਹੀ ਸਬਜ਼ੀ ਨੂੰ ਚੁੱਕ ਕੇ ਕ੍ਰੇਟਾਂ ਦੇ ਵਿੱਚ ਪਾਇਆ, ਤਾਂ ਜੋ ਇੱਕ ਵਪਾਰੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਤਾਂ ਦੱਸ ਦਈਏ ਕਿ ਜੇਕਰ ਸੜਕ ਬੰਦ ਨਾ ਕੀਤੀ ਜਾਂਦੀ ਤਾਂ ਦੂਸਰੇ ਵਾਹਨਾਂ ਦੇ ਵੱਲੋਂ ਇਸ ਸਬਜ਼ੀ ਦਾ ਬੁਰਾ ਹਾਲ ਕਰ ਦਿੱਤਾ ਜਾਣਾ ਸੀ, ਜਿਸ ਦੇ ਕਾਰਨ ਵਪਾਰੀ ਦਾ ਵੱਡਾ ਨੁਕਸਾਨ ਹੋਣਾ ਸੀ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 10 ਲੱਖ ਰੁਪਏ ਦੀ ਸਬਜ਼ੀ ਇਸ ਕੈਂਟਰ ਦੇ ਵਿੱਚ ਲੋਡ ਹੋ ਕੇ ਸ਼ਿਮਲੇ ਤੋਂ ਆਈ ਸੀ, ਜੋ ਕਿ ਰਾਜਪੁਰੇ ਦੇ ਵਿੱਚ ਖਾਲੀ ਹੋਣੀ ਸੀ ਇਹ ਗੱਡੀ। ਪਰ ਅਚਾਨਕ ਹੀ ਜਦੋਂ ਕੱਟ ਮੋੜਨ ਲੱਗਿਆ ਇਹ ਕੈਂਟਰ, ਤਾਂ ਪਿੱਛੋਂ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਹ ਕੈਂਟਰ ਸੜਕ ਦੇ ਵਿਚਾਲੇ ਹੀ ਪਲਟਿੰਗ ਹੋਇਆ ਅਤੇ ਸਾਰੀ ਹੀ ਸਬਜ਼ੀ ਸੜਕ ਦੇ ਉੱਤੇ ਖਿਲਰ ਜਾਂਦੀ ਹੈ। ਹਾਲਾਂਕਿ SSF ਦੀ ਟੀਮ ਅਤੇ ਹੋਰ ਲੋਕਾਂ ਦੀ ਮਦਦ ਦੇ ਨਾਲ ਤੁਰੰਤ ਸਬਜ਼ੀ ਨੂੰ ਰੋਡ ਤੋਂ ਚੁੱਕਿਆ ਜਾਂਦਾ, ਜਿਸ ਦੇ ਕਾਰਨ ਵਪਾਰੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਤਾਂ ਰਾਜਪੁਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਅਚਾਨਕ ਹੀ ਇੱਕ ਸਬਜ਼ੀ ਦੇ ਨਾਲ ਭਰਿਆ ਹੋਇਆ ਕੈਂਟਰ ਪਲਟ ਗਿਆ। ਇਹ ਰਾਤ 3:30 ਵਜੇ ਸਾਨੂੰ ਕੋਲ ਆਈ ਵੀ ਸੜਕ ਦੇ ਵਿੱਚ ਗੱਡੀ ਪਲਟ ਗਈ, ਸਬਜ਼ੀ ਨਾਲ ਭਰੀ ਹੋਈ ਸੀ ਇਹ। ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰੀ, ਹਾਈਡਰਾ ਬੁਲਾ ਕੇ ਗੱਡੀ ਸਾਈਡ 'ਤੇ ਕਰਾਈ ਗਈ ਅਤੇ ਰੋਡ ਬੰਦ ਸੀ, ਰੋਡ ਨੂੰ ਵੀ ਕਲੀਅਰ ਕਰਾਇਆ ਗਿਆ। ਜਾਨੀ ਨੁਕਸਾਨ ਕੋਈ ਨਹੀਂ, ਬਸ ਸਬਜ਼ੀ ਦਾ ਨੁਕਸਾਨ ਹੋਇਆ ਜੀ। ਸਰ ਜੀ, ਅਗਰ ਮੌਕੇ ਦੇ ਉੱਪਰ ਨਾ ਪਹੁੰਚਦੇ, ਜਿੱਦਾਂ ਪਹਿਲਾਂ ਮਤਲਬ ਹਾਲਾਤ ਹੁੰਦੇ ਪੰਜਾਬ ਦੇ, ਤੁਸੀਂ ਲੋਕ ਸਮਾਨ ਚੱਕ ਲੈ ਜਾਂਦੇ ਆ, ਐਕਸੀਡੈਂਟ ਤਕਰੀਬਨ 3-4 ਇੱਕ ਦਿਨ ਦੇ ਆਈ ਜਾਂਦੇ ਨੇ। ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਕੁਛ ਨੀ, ਧਿਆਨ ਨਾਲ ਚੱਲੋ, ਆਪਣਾ ਧਿਆਨ ਨਾਲ ਸੜਕ ਤੇ ਚੱਲਿਆ ਕਰੋ, ਡਰਿੰਕ ਐਂਡ ਡਰਾਈਵ ਨਾ ਕਰੋ, ਸਭ ਤੋਂ ਜ਼ਰੂਰੀ। ਸਬਜ਼ੀਆਂ ਦੇ ਨਾਲ ਭਰਿਆ ਇੱਕ ਕੈਂਟਰ ਸੜਕ ਦੇ ਵਿਚਾਲੇ ਪਲਟੀ ਹੋਇਆ, ਜਿਸ ਦੇ ਕਾਰਨ ਸਾਰੀ ਹੀ ਸਬਜ਼ੀ ਸੜਕ ਦੇ ਉੱਤੇ ਖਿਲਰ ਗਈ ਹੈ। ਤਾਂ ਦੱਸ ਦਈਏ ਕਿ ਮੌਕੇ ਦੇ ਉੱਤੇ SF ਦੀ ਟੀਮ ਪਹੁੰਚੀ, ਜਿਸ ਨੇ ਰੋਡ ਨੂੰ ਬਲੌਕ ਕੀਤਾ ਅਤੇ ਸਾਰੀ ਹੀ ਸਬਜ਼ੀ ਨੂੰ ਚੁੱਕ ਕੇ ਕ੍ਰੇਟਾਂ ਦੇ ਵਿੱਚ ਪਾਇਆ, ਤਾਂ ਜੋ ਇੱਕ ਵਪਾਰੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਤਾਂ ਦੱਸ ਦਈਏ ਕਿ ਜੇਕਰ ਸੜਕ ਬੰਦ ਨਾ ਕੀਤੀ ਜਾਂਦੀ ਤਾਂ ਦੂਸਰੇ ਵਾਹਨਾਂ ਦੇ ਵੱਲੋਂ ਇਸ ਸਬਜ਼ੀ ਦਾ ਬੁਰਾ ਹਾਲ ਕਰ ਦਿੱਤਾ ਜਾਣਾ ਸੀ, ਜਿਸ ਦੇ ਕਾਰਨ ਵਪਾਰੀ ਦਾ ਵੱਡਾ ਨੁਕਸਾਨ ਹੋਣਾ ਸੀ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 10 ਲੱਖ ਰੁਪਏ ਦੀ ਸਬਜ਼ੀ ਇਸ ਕੈਂਟਰ ਦੇ ਵਿੱਚ ਲੋਡ ਹੋ ਕੇ ਸ਼ਿਮਲੇ ਤੋਂ ਆਈ ਸੀ, ਜੋ ਕਿ ਰਾਜਪੁਰੇ ਦੇ ਵਿੱਚ ਖਾਲੀ ਹੋਣੀ ਸੀ ਇਹ ਗੱਡੀ। ਪਰ ਅਚਾਨਕ ਹੀ ਜਦੋਂ ਕੱਟ ਮੋੜਨ ਲੱਗਿਆ ਇਹ ਕੈਂਟਰ, ਤਾਂ ਪਿੱਛੋਂ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਹ ਕੈਂਟਰ ਸੜਕ ਦੇ ਵਿਚਾਲੇ ਹੀ ਪਲਟਿੰਗ ਹੋਇਆ ਅਤੇ ਸਾਰੀ ਹੀ ਸਬਜ਼ੀ ਸੜਕ ਦੇ ਉੱਤੇ ਖਿਲਰ ਜਾਂਦੀ ਹੈ। ਹਾਲਾਂਕਿ SSF ਦੀ ਟੀਮ ਅਤੇ ਹੋਰ ਲੋਕਾਂ ਦੀ ਮਦਦ ਦੇ ਨਾਲ ਤੁਰੰਤ ਸਬਜ਼ੀ ਨੂੰ ਰੋਡ ਤੋਂ ਚੁੱਕਿਆ ਜਾਂਦਾ, ਜਿਸ ਦੇ ਕਾਰਨ ਵਪਾਰੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ। ਤਾਂ ਰਾਜਪੁਰਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਅਚਾਨਕ ਹੀ ਇੱਕ ਸਬਜ਼ੀ ਦੇ ਨਾਲ ਭਰਿਆ ਹੋਇਆ ਕੈਂਟਰ ਪਲਟ ਗਿਆ। ਇਹ ਰਾਤ 3:30 ਵਜੇ ਸਾਨੂੰ ਕੋਲ ਆਈ ਵੀ ਸੜਕ ਦੇ ਵਿੱਚ ਗੱਡੀ ਪਲਟ ਗਈ, ਸਬਜ਼ੀ ਨਾਲ ਭਰੀ ਹੋਈ ਸੀ ਇਹ। ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰੀ, ਹਾਈਡਰਾ ਬੁਲਾ ਕੇ ਗੱਡੀ ਸਾਈਡ 'ਤੇ ਕਰਾਈ ਗਈ ਅਤੇ ਰੋਡ ਬੰਦ ਸੀ, ਰੋਡ ਨੂੰ ਵੀ ਕਲੀਅਰ ਕਰਾਇਆ ਗਿਆ। ਜਾਨੀ ਨੁਕਸਾਨ ਕੋਈ ਨਹੀਂ, ਬਸ ਸਬਜ਼ੀ ਦਾ ਨੁਕਸਾਨ ਹੋਇਆ ਜੀ। ਸਰ ਜੀ, ਅਗਰ ਮੌਕੇ ਦੇ ਉੱਪਰ ਨਾ ਪਹੁੰਚਦੇ, ਜਿੱਦਾਂ ਪਹਿਲਾਂ ਮਤਲਬ ਹਾਲਾਤ ਹੁੰਦੇ ਪੰਜਾਬ ਦੇ, ਤੁਸੀਂ ਲੋਕ ਸਮਾਨ ਚੱਕ ਲੈ ਜਾਂਦੇ ਆ, ਐਕਸੀਡੈਂਟ ਤਕਰੀਬਨ 3-4 ਇੱਕ ਦਿਨ ਦੇ ਆਈ ਜਾਂਦੇ ਨੇ।
ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ? ਕੁਛ ਨੀ, ਧਿਆਨ ਨਾਲ ਚੱਲੋ, ਆਪਣਾ ਧਿਆਨ ਨਾਲ ਸੜਕ ਤੇ ਚੱਲਿਆ ਕਰੋ, ਡਰਿੰਕ ਐਂਡ ਡਰਾਈਵ ਨਾ ਕਰੋ, ਸਭ ਤੋਂ ਜ਼ਰੂਰੀ। ਅਗਰ ਕਿਸੇ ਨੂੰ ਤੁਹਾਡੀ ਲੋੜ ਪੈ ਜਾਂਦੀ ਹੈ ਤਾਂ ਕਿੰਨਾ ਨੰਬਰ ਹੈ ਤੁਹਾਡਾ ਸਰ? 112 ਤੇ ਕਾਲ ਕਰਨੀ।